ਸ਼ਿਵਰਾਤਰੀ ਹੋਵੇ ਤਾਂ ਭੰਗ ਦਾ ਜ਼ਿਕਰ ਨਾ ਹੋਵੇ, ਇਹ ਕਿੰਜ ਹੋ ਸਕਦਾ ਹੈ। ਬਹੁਤੇ ਲੋਕ ਭੰਗ ਪੀਣ ਤੋਂ ਬਿਨਾਂ ਸ਼ਿਵਰਾਤਰੀ ਨੂੰ ਅਧੂਰਾ ਮੰਨਦੇ ਨੇ ਤੇ ਕੁਝ ਲੋਕ ਤਾਂ ਚਾਹ ਚਾਹ 'ਚ ਭੰਗ ਦਾ ਸੇਵਨ ਵੱਧ ਕਰ ਲੈਂਦੇ ਨੇ, ਜੋ ਬਾਅਦ ਵਿੱਚ ਹੈਂਗਓਵਰ ਦਾ ਵੀ ਸ਼ਿਕਾਰ ਬਣਦੇ ਨੇ। ਤੇ ਕਈ ਲੋਕ ਭੰਗ ਪੀਣ ਤੋਂ ਬਾਅਦ ਖੁਸ਼ੀ ਮਹਿਸੂਸ ਕਰਦੇ ਨੇ ਤੇ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਭੰਗ ਦੇ ਨਸ਼ੇ 'ਚ ਕੀ ਜਬਲੀਆਂ ਮਾਰੀ ਜਾਂਦੇ ਨੇ। ਸ਼ਿਵਰਾਤਰੀ ਦੇ ਮੌਕੇ ਤੇ ਭੰਗ ਪੀਣ ਤੋਂ ਬਾਅਦ ਜਬਲੀਆਂ ਮਾਰਦੇ ਮੁੰਡੇ ਦੀ ਵੀਡੀਓ ਸ਼ਿਵਰਾਤਰੀ ਵਾਲੇ ਦਿਨ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਤੇ ਤੁਸੀਂ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੱਸ ਕੇ ਲੋਟ ਪੋਟ ਹੋ ਜਾਓਗੇ। ਚੱਲ ਗਿਆ ਐਂਗਰੀ ਨਾ, ਤੈਨੂੰ ਸਲਾਹ ਕਿਹਨੇ ਕਿਹਾ ਜੀ? ਤੂੰ ਘਰੇ ਕੌਣ ਚੜ ਗਿਆ? ਡੈਕ ਪੈਗਾ ਪਾਗਲ ਨਾ ਆਵੇ ਤਾਂ ਕਿਤੇ ਸੱਪ ਕਿੰਨੇ ਗਲਾ ਪੀਤੇ ਹੈ? ਕਿੰਨੇ ਗਲਾ ਪੀਤੇ? ਹਾਲ ਇਹ ਵੀਡੀਓ ਕਿੱਥੋਂ ਦੀ ਹੈ ਤੇ ਵੀਡੀਓ 'ਚ ਦਿਖਾਈ ਦੇਣ ਵਾਲੇ ਮੁੰਡੇ ਨੇ ਸੱਚ 'ਚ ਹੀ ਭੰਗ ਪੀਤੀ ਹੋਈ ਹੈ ਜਾਂ ਫਿਰ ਇਹ ਭੰਗ ਪੀਤੀ ਦੀ ਐਕਟਿੰਗ ਕਰਦਾ? ਇਸ ਦੇ ਬਾਰੇ ਸਾਡਾ ਚੈਨਲ ਕੋਈ ਵੀ ਦਾਅਵਾ ਨਹੀਂ ਕਰਦਾ।